21 ਸਾਲਾ ਸਿਰਗਾ ਖਬੇਕ ਮੋਰਚੇ ਉੱਤੇ ਜਾਂਦਿਆਂ ਟਿਕਟੌਕ ਵੀਡੀਓਜ਼ ਬਣਾਉਂਦੇ ਸਨ। ਉਹ ਇੱਕ ਆਮ ਰੂਸੀ ਫੌਜੀ ਸਨ ਜੋ ਯੂਕਰੇਨ ਦੇ ਨਾਲ ਜੰਗ ਦੌਰਾਨ ਮਾਰੇ ਗਏ। Как бы вникался всегда первым был. Из-за этого, по-моему, он ушел в армию. Он сам хотел быть там. А, на войну поехать. ਇੱਕ ਪੇਸ਼ੇਵਰ ਫੌਜੀ ਦੇ ਰੂਪ ਵਿੱਚ ਉਹਨਾਂ ਨੂੰ ਪੂਰੇ ਫੌਜੀ ਸਨਮਾਨ ਦੇ ਨਾਲ ਦਫਨਾਇਆ ਗਿਆ। ਪਰ ਹਾਲ ਹੀ ਦੇ ਦਿਨਾਂ 'ਚ ਉਹਨਾਂ ਵਰਗੇ ਕਈ ਫੌਜੀ ਇਸ ਤਰ੍ਹਾਂ ਦੇ ਕਬਰਿਸਤਾਨ 'ਚ ਦਫਨ ਕੀਤੇ ਗਏ। ਇਹ ਉਹਨਾਂ ਘੱਟ ਤਜਰਬੇ ਵਾਲੇ ਲੜਾਕਿਆਂ ਦੀਆਂ ਕਬਰਾਂ ਨੇ ਜੋ ਹਾਲ ਹੀ ਵਿੱਚ ਭਰਤੀ ਹੋਏ ਸਨ। ਬੀਬੀਸੀ ਅਤੇ ਮੀਡੀਆ ਜ਼ੋਨਾਂ ਦੀ ਪੜਤਾਲ ਦੇ ਵਿੱਚ 25,000 ਰੂਸੀ ਫੌਜੀਆਂ ਦੇ ਨਾਵਾਂ ਦੀ ਪਛਾਣ ਕੀਤੀ ਗਈ ਜੋ ਇਸ ਜੰਗ ਵਿੱਚ ਮਾਰੇ ਗਏ। ਇਹ ਅੰਕੜਾ ਰੂਸ ਦੇ ਦਾਅਵੇ ਤੋਂ 4 ਗੁਣਾ ਵੱਧ ਹੈ। ਅਸੀਂ 7 ਕਬਰਿਸਤਾਨਾਂ ਦਾ ਪਤਾ ਲਗਾਇਆ ਜਿੱਥੇ ਅਜਿਹੇ ਘੱਟ ਤਜਰਬੇ ਵਾਲੇ ਫੌਜੀ ਦਫਨ ਨੇ। ਵੈਗਨਰ ਗਰੁੱਪ ਵਿੱਚ ਜਿਨ੍ਹਾਂ ਲੋਕਾਂ ਦੀ ਭਰਤੀ ਹੋਈ ਉਹਨਾਂ 'ਚ ਬਹੁਤੇ ਕੈਦੀ ਸਨ। ਉਹਨਾਂ ਨੇ 6 ਮਹੀਨੇ ਦੀ ਸਰਵਿਸ ਬਦਲੇ ਉਹਨਾਂ ਨੂੰ ਰਿਹਾਅ ਕਰ ਦੇਣ ਦਾ ਵਾਅਦਾ ਕੀਤਾ। ਇਹਨਾਂ ਵਿੱਚੋਂ ਇੱਕ ਕਬਰ ਫੇਲ ਨਾਵੇਵ ਦੀ ਹੈ। 60 ਸਾਲਾ ਨਾਵੇਵ ਚੋਰੀ ਦੇ ਜੁਰਮ ਵਿੱਚ ਬੰਦ ਸਨ। ਨਾਵੇਵ ਦੀ ਸਾਬਕਾ ਪਾਰਟਨਰ ਨੂੰ ਜਦੋਂ ਅਸੀਂ ਦੱਸਿਆ ਤਾਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਿਆ। Can you tell me what happened? In the village of Bakinskaya, they have a small cemetery there. I know that he died in a battle on the 6th of October. All I wanted to know is if he was alive or dead. Except for your words, I have no information. ਸਾਡੀ ਗਿਣਤੀ ਵਿੱਚ ਜਨਤਕ ਤੌਰ ਉੱਤੇ ਰਿਪੋਰਟ ਹੋਈਆਂ ਮੌਤਾਂ ਨੂੰ ਹੀ ਸ਼ਾਮਲ ਕੀਤਾ ਗਿਆ। ਮਾਰੇ ਗਏ ਲੋਕਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਬੀਬੀਸੀ ਨੇ ਰੂਸੀ ਸਰਕਾਰ ਨੂੰ ਟਿੱਪਣੀ ਦੇਣ ਲਈ ਸੰਪਰਕ ਕੀਤਾ ਪਰ ਉਹਨਾਂ ਦਾ ਜਵਾਬ ਨਹੀਂ ਮਿਲਿਆ।